ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗਗਨਦੀਪ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅੱਜ ਅਸੀਂ ਮਿਲ ਕੇ ਕੁਝ ਨਵਾਂ ਕਰਾਂਗੇ ਤੇ ਅੱਜ ਅਸੀਂ ਇੱਕ ਕਵਿਤਾ ਲਿਖਾਂਗੇ ਕਿਉਂਕਿ ਇਹ ਕਵਿਤਾ ਤੁਹਾਡੇ ਆਪਣੇ ਲਈ ਹੈ ਤਾਂ ਤੁਸੀਂ ਇਹਨੂੰ ਆਪਣੇ ਬਾਰੇ ਹੀ ਸੋਚ ਕੇ ਲਿਖੋਗੇ ਹਰ ਉਸ ਚੀਜ਼ ਦੇ ਬਾਰੇ ਜੋ ਤੁਹਾਡੇ ਅੰਦਰ ਹੀ ਮੌਜੂਦ ਹੈ ਇਸ ਕਵਿਤਾ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਥੋੜਾ ਹੋਰ ਗਹਿਰਾਈ 'ਚ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਵਿਤਾ ਲਿਖਣ ਲਈ ਅਸੀਂ ਇੱਕ ਪੈਨ ਤੇ ਕਾਗਜ਼ ਨੂੰ ਤਿਆਰ ਕਰ ਲੈਣਾ ਹੈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੀਆਂ ਅੱਖਾਂ ਨੂੰ ਗੋਲ-ਗੋਲ ਘੁਮਾਓ ਪਹਿਲਾਂ ਸੱਜੇ ਤੋਂ ਖੱਬੇ ਦੋ ਵਾਰੀ ਤੇ ਫਿਰ ਖੱਬੇ ਤੋਂ ਸੱਜੇ ਦੋ ਵਾਰੀ ਹੁਣ ਅੱਖਾਂ ਨੂੰ ਕੁੱਟ ਕੇ ਮੀਚ ਲਓ ਤੇ ਫਿਰ ਬਹੁਤ ਵੱਡਾ ਕਰਕੇ ਉਹਨਾਂ ਨੂੰ ਖੋਲੋ ਹੁਣ ਇੱਕ ਆਖਰੀ ਵਾਰ ਅੱਖਾਂ ਨੂੰ ਹੌਲੇ ਜਿਹੇ ਬੰਦ ਕਰੋ ਹੁਣ ਅਸੀਂ ਥੋੜਾ ਆਪਣੇ ਬਾਰੇ ਵਿੱਚ ਸੋਚਾਂਗੇ ਆਪਣੀ ਹਰ ਉਸ ਚੀਜ਼ ਬਾਰੇ ਜਿਹਦੇ ਨਾਲ ਸਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ ਮੈਂ ਸਮਝ ਸਕਦਾ ਕਿ ਸ਼ਾਇਦ ਥੋੜਾ ਮਿਹਨਤ ਦਾ ਕੰਮ ਹੈ ਪਰ ਤੁਸੀਂ ਆਪਣੇ ਦਿਮਾਗ ਦੀ ਕਸਰਤ ਕਰਦੇ ਹੋਏ ਇਹੋ ਜੀਆਂ ਪੰਜ ਚੀਜ਼ਾਂ ਬਾਰੇ ਜ਼ਰੂਰ ਸੋਚੋ ਤੁਸੀਂ ਸੋਚ ਸਕਦੇ ਹੋ ਕੋਈ ਐਸਾ ਕੰਮ ਜਿਹਦੇ 'ਚ ਤੁਸੀਂ ਮਾਹਰ ਹੋ ਕੋਈ ਇਹੋ ਜਿਹੀ ਕਲਾ ਜਿਹਦੇ 'ਚ ਤੁਸੀਂ ਨਿਪੁੰਨ ਹੋ ਯਾ ਕੋਈ ਇਹੋ ਜਿਹਾ ਵਿਵਹਾਰ ਜਿਹਦੇ ਤੇ ਤੁਹਾਨੂੰ ਮਾਣ ਹੈ ਹੁਣ ਤੁਸੀਂ ਜੋ ਪੰਜ ਚੀਜ਼ਾਂ ਸੋਚੀਆਂ ਨੇ ਉਹਨਾਂ ਨੂੰ ਲਿਖ ਲੈਣੇ ਆ ਲਿਖ ਲਿਆ ਵਾ ਆਪਣੇ ਆਪ ਨੂੰ ਸ਼ਾਬਾਸ਼ੀ ਦਿਓ ਹੁਣ ਹੁਣ ਤੁਸੀਂ ਜੜੀਆਂ ਇਹ ਪੰਜ ਚੀਜ਼ਾਂ ਸੋਚੀਆਂ ਨੇ ਜਾਂ ਲਿਖੀਆਂ ਨੇ ਇਹਨਾਂ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਲਿਖਦੇ ਆ ਜਿੱਦਾਂ ਕਿ ਮੈਂ ਕੁਝ ਐਸਾ ਸੋਚਿਆ ਤੇ ਲਿਖਿਆ ਮੈਨੂੰ ਤਸਵੀਰਾਂ ਬਣਾਉਣੀਆਂ ਆਉਂਦੀਆਂ ਨੇ ਤੇ ਮੈਂ ਉਹਨਾਂ 'ਚ ਕਾਫੀ ਮਾਹਰ ਹਾਂ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਖੂਬ ਹਸਾ ਸਕਦਾ ਕੀ ਤੁਸੀਂ ਕਵਿਤਾ ਬਣਾਈ ਕੀ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਕਵਿਤਾ ਬਣਾ ਸਕਦੇ ਹੋ ਜੋ ਤੁਸੀਂ ਸੋਚੀਆਂ ਹੁਣ ਛੇਤੀ ਛੇਤੀ ਆਪਣੇ ਬਾਰੇ 'ਚ ਇੱਕ ਵਧੀਆ ਜੀ ਕਵਿਤਾ ਲਿਖ ਦਿਓ ਡਰੋ ਨਾ ਤੁਸੀਂ ਇਸ ਕਵਿਤਾ ਦੇ ਕਲਾਕਾਰ ਹੋ ਤੇ ਤੁਹਾਡੀ ਜਿੱਦਾਂ ਦੀ ਮਰਜ਼ੀ ਹੋਏ ਉਦਾਂ ਦੀ ਕਵਿਤਾ ਲਿਖ ਸਕਦੇ ਹਾਂ ਤਾਂ ਅੱਜ ਆਪਣੇ ਬਾਰੇ ਕੁਝ ਨਵਾਂ ਜਾਣਿਆ ਤੁਸੀਂ ਕਿੱਦਾਂ ਲੱਗਿਆ ਜਦ ਤੁਸੀਂ ਉਹਨਾਂ ਚੀਜ਼ਾਂ ਬਾਰੇ ਸੋਚ ਰਹੇ ਸੀ ਜੋ ਤੁਸੀਂ ਕਰ ਸਕਦੇ ਹੋ ਤੇ ਇੱਕ ਆਖਰੀ ਵਾਰ ਹਮੇਸ਼ਾ ਯਾਦ ਰੱਖੇ ਤੁਸੀਂ ਜਿੱਦਾਂ ਦੇ ਵੀ ਹੋ ਬਹੁਤ ਚੰਗੇ ਹੋ ਦੁਬਾਰਾ ਜਦ ਮਿਲਾਂਗੇ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਧੰਨਵਾਦ